जपो राम जपो जी ऐसे ऐसे राम जपो माया रूपी नारा पे जी इन्हां दे प्रभाव नाल भक्ति भंग हो जाए नहीं होई। अगले लफज लिखे हैं दैंतां दे वीर भेजे बे डरावो बच्चे भगती मैं निकी निकी गल पढ़दा ते मैनू अंदरों इंज आंदा के असी बार बार ए मंगीए बाजां वाले आ तेरा दिल करे जन्म मरन कट दे ते जे तेरा दिल करे ते अगला जन्म भी एहो जी मां कर दे गुण तेरे ही गाइए क्यों इत्थे इंद्र दैंता दे वीर भेजदा पिया इहदी भगती भंग करिए साडा गुरु नानक किन्ना वड्डा ओ कहिंदा जिहड़ा भगती करदा ओहदे चरणां दी धूड़ी मंगदा कहिंदा साडा उपदेश जन नानक धूड़ मंगे गुरु सिख की जो आप जपे फिर आ देवां दी इहनां दी पढ़ाई उच्ची होई बाबे नानक दी आखो सत कितना जमीन आसमान पहला लिखे माया रूपी नारा भेजिया फिर दैंतां दे वीर भेजे ध्रुव जी नूं नहीं डरा सके तीजा लिखिया भी तेज हनेरी आखो सत नेरी नाल आ ध्रुव जी बैठे है कोल एक दरखत डिगदा पिया कोल दूजा डिगदा पिया एदी भगती भंग करा कहिंदे तेज हनेरी नाल दरखत डिग रहे ने पर ध्रुव जी दी समाधि तां वी नहीं खुली साडे पिता जी साडे पिता जी तां ही कहिंदे पिया है सानू राम जप रूप प्रहलाद जपे जैसे प्रहलाद जपे हर जैसे जो तो कुछ नहीं ना भगती मांगो फिर इन्हें पुकार की थी महाराज कौड़े परमेश्वर फिर आकाशवाणी हुई ओ इंद्र घबरा ना ये मेरा बाल भगत पूरे हठ नाल बैठा गज के आखो पूरी दलेरी ये तेरा राज तेरी पूरी ते कब्जा करन लई बंदगी नहीं कर रहा बाल भगत भोले भा फुरना बनाया पिता दा राज आखो सत कि सुदम दे राज मिले अपने पिता दे राज लई तै ना घबरा कहिंदे काशवाणी च इत्थों तक बोलिया गया एक साल बाद इस बालक नूं मैं दर्शन देने अजे छे महीने होर लाने ने आखो सत पूरा भांडा इहदा ऐ जिहड़ा रंगिया जाणा हुण छोटा करां एक साल बाद भगत ध्रुव जी नूं परमेश्वर ने आप दर्शन दित्ते ते मैनूं बोलण देणा कहिंदे उसे रूप च दित्ते जिस रूप विच ओह फुरना बना के बैठा होया रूप भी ओही धारिया आखो साथना जिस रूप जो ने ध्यान धरिया उस ओहदे लई कोई वड्डी गल नहीं
ਉਸੇ ਰੂਪ ਚ ਦਰਸ਼ਨ ਦਿੱਤੇ। ਇਹਨੇ ਲਫਜ ਕਹੇ ਫਿਰ ਪਰਮੇਸ਼ਰ ਨੇ, ਪ੍ਰਸੰਨ ਹਾਂ ਮੰਗ ਕੀ ਮੰਗਣਾ ਆਖੋ ਸਾਧਾ ਬੇਟਾ ਧਰੂ ਪ੍ਰਸੰਨ ਮੰਗ ਕੀ ਮੰਗਣਾ। ਭਗਤ ਧਰੂ ਨਾ ਜਿਹਨੂੰ ਕਹਿੰਦੇ ਨਾ ਪਿਆਰ ਚ ਲੋਟ ਪੋਟ, ਦਰਸ਼ਨ ਦੇਖਤ ਸੁਧ ਕੀ ਨਾ, ਸੁਧ ਰਹੀ ਬੁੱਧ ਕੀ ਨਾ, ਬੁੱਧ ਰਹੀ ਮਤ ਮੇ ਨਾ ਮਤ। ਮੈਨੂੰ ਬੜੀ ਖੁਸ਼ੀ ਆ ਵੀ ਭਗਤ ਧਰੂ ਜੀ ਨੇ ਕਲੀਅਰ ਕਹਿਤਾ। ਪਰਮੇਸ਼ਰ ਕਹਿੰਦਾ ਪ੍ਰਸੰਨਾ ਮੰਗ ਕੀ ਮੰਗਣਾ, ਤੇ ਭਗਤ ਧਰੂ ਜੀ ਨੇ ਕਲੀਅਰ ਕਹਿਤਾ ਮੈਂ ਛੋਟਾ ਜਿਹਾ ਬਾਲਕ ਆ, ਮੈਨੂੰ ਹੁਣ ਇਸ ਵੇਲੇ ਸਮਝ ਹੀ ਨਹੀਂ ਆ ਰਹੀ ਕੀ ਮੰਗਾ, ਇਹ ਪਰਮੇਸ਼ਰ ਜੋ ਤੁਸੀਂ ਬੁਲਾਉਣਾ ਮੇਰੇ ਕੋਲੋਂ ਆਪੇ ਬੁਲਾ ਲਓ। ਗੱਜ ਕੇ ਆਖੋ ਸੋਟੀ ਰੱਬ ਦੇ ਦਿੱਤਾ, ਮੈਂ ਬਾਲਕ ਹਾਂ ਮੈਨੂੰ ਸਮਝ ਹੀ ਨਹੀਂ ਆ ਰਹੀ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਵੇ ਨਾ ਮਤ, ਮੈਨੂੰ ਸਮਝ ਹੀ ਨਹੀਂ ਆਉਂਦੀ ਵੀ ਕੀ ਮੰਗਾਂ, ਜੋ ਤੁਸੀਂ ਬੁਲਵਾਉਣਾ ਮੇਰੇ ਕੋਲੋਂ ਬੁਲਵਾ ਲਓ। ਹਾਏ ਹਾਏ ਕਿਧਰੇ ਤੇ ਲਿਖਿਆ ਵੀ ਹੱਥ 'ਚ ਸੰਖ ਫੜਿਆ ਸੀ, ਹੁੰਦਾ ਹੋਣਾ ਸੱਚ, ਕਿਧਰੇ ਲਿਖਿਆ ਸੰਖ ਸੀਸ ਨੂੰ ਲਾਇਆ, ਕਿਧਰੇ ਲਿਖਿਆ ਪਰਮੇਸ਼ਰ ਨੇ ਇੰਜ ਹੱਥ ਜਿਹੜਾ ਨਾ ਸੀਸ ਤੇ ਰੱਖਿਆ, ਨਾਲ ਹੀ ਧਰੂ ਜੀ ਨੂੰ ਗਿਆਨ ਦੀ ਪ੍ਰਾਪਤੀ ਹੋਈ, ਗਿਆਨ ਦੀ ਪ੍ਰਾਪਤੀ ਹੋ ਗਈ। ਜਿਹੜਾ ਉਹਨੇ ਕਿਹਾ ਨਾ ਮੈਨੂੰ ਸਮਝ ਨਹੀਂ ਆ ਰਹੀ ਤੁਸੀਂ ਬੁਲਾ ਦੋ ਜੋ ਬੁਲਾਉਣਾ, ਇੰਜ ਹੱਥ ਰੱਖਿਆ ਗਿਆਨ ਦੀ ਪ੍ਰਾਪਤੀ, ਤਿੰਨਾਂ ਥਾਂ ਗਿਆਨ ਦੀ ਪ੍ਰਾਪਤੀ। ਤੇ ਜਿਹੜੀ ਚੀਜ਼ ਮੰਗੀ ਨਾ ਜੀ, ਪੰਜ ਛੇ ਮਿੰਟ ਸਾਹ ਲੈਣਾ, ਅੱਜ ਭਗਤ ਧਰੂ ਜੀ ਦਾ ਸਬਜੈਕਟ ਪੂਰਾ ਤੇ ਕਦੇ ਵੀ ਨਹੀਂ, ਪਰ ਚਲੋ ਸਾਖੀ ਦੇ ਤੌਰ ਤੇ ਪੂਰਾ ਆ ਜਾ। ਚਾਰ ਚੀਜ਼ਾਂ ਮੰਗੀਆਂ, ਇਹਨਾਂ ਚੋਂ ਤੁਹਾਨੂੰ ਵੀ ਕੋਈ ਲੱਭੇ। ਉਸ ਤੋਂ ਪਹਿਲੇ ਪੜ੍ਹਿਓ ਜੀ, ਰਾਮ ਜਪੋ ਰਾਮ ਜਪੋ ਰਾਮ ਜਪੋ ਜੀ ਐਸੇ ਰਾਮ ਜਪੋ। ਗਿਆਨ ਹੋ ਗਿਆ, ਉਹ ਚਾਰ ਚੀਜ਼ਾਂ ਬੜੀਆਂ ਕਮਾਲ ਦੀਆਂ ਮੰਗੀਆਂ, ਵੇਖ ਲਿਓ ਚੰਗੀਆਂ ਲੱਗੀਆਂ। ਭਗਤ ਧਰੂ, ਔਰ ਜਿਵੇਂ ਦਾਸ ਨੇ ਕਿਹਾ ਸੀ ਨਾ ਬਈ ਕਈ ਜਗ੍ਹਾ 7 ਸਾਲ ਲਿਖਿਆ, ਕਈ ਜਗ੍ਹਾ 5 ਸਾਲ, ਬੜੀ ਕਿਰਪਾ ਹੋ ਗਈ, ਕਿਉਂਕਿ ਜਿਹੜੀ ਗੱਲ ਗੁਰੂ ਗ੍ਰੰਥ ਸਾਹਿਬ 'ਚ ਆ ਜਾਏ ਫਿਰ ਆਪਾਂ ਨੂੰ ਫਿਰ ਵਿਚਾਰਨ ਦੀ ਨਹੀਂ ਲੋੜ ਪੈਂਦੀ। 999 ਅੰਗ ਤੇ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਹੈ ਮਾਰੂ ਮਹੱਲਾ ਪੰਜਵਾਂ, ਬੋਲੋ ਮਾਰੂ ਮਹੱਲਾ। ਉਹਦੇ 'ਚ ਪੰਗਤੀ ਹੈ, ਪਾਂਚ ਬਰਖ ਖੋ ਅਨਾਥ ਧਰੂ ਬਾਰਕ ਆਖੋ ਸਾਧਨ। ਮੈਂ ਕਿਹਾ ਲੈ ਗੁਰੂ ਅਰਜਨ ਦੇਵ ਜੀ ਨੇ ਕਿਰਪਾ ਕਰਤੀ ਆ ਵੀ, ਮੈਂ ਕਿਹਾ ਆਪਾਂ ਸਟੇਜ 'ਤੇ ਬੋਲਿਆ ਸੀ ਪਤਾ ਨਹੀਂ ਕਈਆਂ 5 ਲਿਖੀ ਕਈਆਂ 7, ਸਾਡੇ ਬਾਬੇ ਨੇ ਮੋਹਰ ਲਾ ਦਿੱਤੀ 5 ਸਾਲ ਉਮਰ ਸੀ, 5 ਬਰਖ ਬਰਸ ਉਮਰ ਸਾਲ, 5 ਬਰਖ ਕੋ ਅਨਾਥ ਧਰੂ ਜਿਹਨੂੰ ਨਾਥਾਂ ਵਾਂਗ ਧੱਕਾ ਪਿਆ। ਦੇਖੋ ਗੁਰੂ ਗ੍ਰੰਥ ਸਾਹਿਬ 'ਚ ਉਹਨਾਂ ਦਾ ਨਾਂ ਗੁਰੂ ਅਰਜਨ ਦੇਵ ਜੀ ਦਾ 999 ਅੰਗ ਤੇ ਸ਼ਬਦ 5 ਬਰਖ ਕੋ ਅਨਾਥ ਧਰੂ ਬਾਰਕ ਹਰ ਸਿਮਰਤ ਅਮਰ ਅਟਾਰੇ, ਹਰੀ ਨੂੰ ਸਿਮਰ ਕੇ ਅਮਰ ਹੋ ਗਿਆ ਆਖੋ ਸਾਧਨਾ। ਗਿਆਨ ਹੋ ਗਿਆ, ਮੰਗ ਫਿਰ ਸੁਣਿਓ। ਪਹਿਲੀ ਦਾਤ ਧਰੂ ਜੀ ਨੇ ਮੰਗੀ, ਮੇਰੇ ਹਿਰਦੇ ਵਿੱਚ ਭਗਤੀ ਭਾਵਨਾ ਕਦੀ ਵੀ ਅੰਦੂਰੀ ਨਾ ਰਵੇ ਪੂਰੀ ਰਵੇ ਆਖੋ ਸਾਧਨਾ। ਮੇਰੇ ਹਿਰਦੇ ਚ ਭਗਤੀ ਭਾਵਨਾ ਕਦੀ ਅੰਦੂਰੀ ਨਾ ਰਹੇ ਪੂਰੀ ਰਹੇ। ਕੱਲ ਇੱਥੇ ਸ਼ਾਮੀ 1.5 ਘੰਟਾ ਕੀਰਤਨ ਹੋਇਆ, ਉੱਥੇ ਦਾਸ ਨੇ ਬੇਨਤੀ ਕੀਤੀ ਸੀ, ਇੱਥੇ ਭਲਾਈ ਕਹਿੰਦੇ
ਮੈਂ ਕਿਹਾ ਸਾਹਿਬਜ਼ਾਦਿਆਂ ਕੋਲੋਂ ਆ ਝੋਲੀ ਅੱਡੋ, ਸਾਡਾ ਸ਼ਰਧਾ ਦਾ ਖੀਸਾ ਕਦੀ ਵੀ ਨਾ ਕੱਟਿਆ ਜਾਵੇ। ਭਾਵਨਾ ਦਾ ਭਗਤੀ ਦਾ ਪੂਰੀ ਭਾਵਨਾ ਦਾ ਖੀਸਾ ਕਦੀ ਵੀ ਨਾ ਕੱਟਿਆ ਜਾਏ ਮਹਾਰਾਜ, ਇਹ ਖੀਸਾ ਸਾਡਾ ਹਮੇਸ਼ਾ ਭਰ ਕੇ ਰੱਖਿਓ। ਭਗਤੀ ਭਾਵਨਾ ਦਾ ਖੀਸਾ ਭਰ ਕੇ ਰੱਖਿਓ ਸਾਹਿਬਜ਼ਾਦੇ, ਕਿਰਪਾ ਕਰਿਓ, ਇਹ ਕਦੀ ਵੀ ਨਾ ਕੱਟਿਆ ਜਾਵੇ। ਤੁਹਾਡੇ ਚੋਂ ਕਿਸੇ ਬੀਬੀ ਨੇ ਕਿਹਾ ਭੈਣ 45 ਦਿਨ ਹੋ ਗਏ, 5 ਪਾਠ ਜਪਜੀ ਸਾਹਿਬ ਰੋਜ਼ ਕਰਦੇ ਹਾਂ, 20 ਤੇ ਮੇਰੇ ਮੁੰਡੇ ਦਾ ਲੱਗਾ ਨਹੀਂ, ਆਖੋ ਸੱਤ ਆ ਗਈ ਤਰੇੜ, ਆ ਗਈ ਤਰੇੜ, 20 ਤੇ ਲੱਗਾ ਨਹੀਂ, ਕੱਟਿਆ ਗਿਆ ਖੀਸਾ। ਮੁੱਖ ਵਿੱਚੋਂ ਐਡੇ ਵੱਡੇ ਗੁਰਬਾਣੀ ਦੀ ਵੀ ਨਿੱਕੀ ਨਿੱਕੀ ਨਿੰਦਿਆ ਸ਼ੁਰੂ ਹੋ ਗਈ, ਜਿਹਦਾ ਖੀਸਾ ਭਰਿਆ ਉਹਨੇ 40-50 ਦਿਨ, 2 ਮਹੀਨੇ, 3 ਮਹੀਨੇ, ਭਾਵੇਂ 5 ਪੜ ਜਪਜੀ ਸਾਹਿਬ ਰੋਜ਼ ਕੀਤੇ, ਮੇਰੇ ਪੁੱਤਰ ਦਾ ਵੀਜ਼ਾ ਲੱਗੇ ਜੇ ਨਹੀਂ ਲੱਗਾ, ਜੇ ਖੀਸਾ ਭਗਤੀ ਦਾ ਭਰਿਆ ਤੇ ਉਹ ਕੀ ਗੱਲ ਕਰਦਾ ਬਾਜਾਂ ਵਾਲਿਆ, ਮੇਰੇ ਪੁੱਤਰ ਦਾ ਬਾਹਰ ਜਾਣ ਵਿੱਚ ਭਲਾ ਨਹੀਂ ਹੋਏਗਾ, ਤੂੰ ਤਾਂ ਹੀ ਨਹੀਂ ਲੱਗਣ ਦੇ। ਇੱਥੇ ਆਓ, ਸਮਰਪਿਤ ਬੇਨਤੀ ਕਰੋ, ਕਰੋ ਰੱਜ ਰੱਜ ਕਰੋ, ਹੋਰ ਕਿੱਥੇ ਕਰਨੀ। ਬਾਈ ਚਾਂਸ ਉਹ ਚੀਜ਼ ਨਹੀਂ ਆ ਰਹੀ, ਸ਼ਰਧਾ ਦਾ ਖੀਸਾ ਨਾ ਕੱਟਿਆ ਜਾਵੇ। ਆਖੋ ਸਾਹ ਆ ਮੰਗਿਆ ਧਰੂ ਜੀ ਨੇ, ਪਰਮੇਸ਼ਰ ਆ ਦਾਤ ਦੇ ਦਿਓ, ਮੇਰੇ ਹਿਰਦੇ ਚ ਭਗਤੀ ਭਾਵਨਾ ਕਦੀ ਵੀ ਅੰਧੂਰੀ ਨਾ ਰਵੇ, ਇਹ ਪੂਰੀ ਰਵੇ, ਪੂਰਾ ਖੀਸਾ ਭਰਿਆ ਰਵੇ। ਆਖੋ ਸਾਹ ਦੂਜਾ, ਭਗਤ ਰੂਹ ਜੀ ਨੇ ਪਰਮੇਸ਼ਰ ਕੋਲੋਂ ਦੂਜੀ ਦਾਤ ਮੰਗੀ, ਤੇਰੇ ਚਰਨਾਂ ਕਮਲਾਂ ਵਿੱਚ ਵੰਦਨਾ ਨਿਤ ਕਰਦਾ ਹੀ ਰਵਾਂ। ਗੱਜ ਕੇ ਆਖੋ ਸਾਧੂ। ਤੀਜਾ ਮੰਗਿਆ, ਮੇਰੀ ਮੱਤ ਸਦਾ ਤੇਰੀ ਕੀਰਤੀ ਕਰਦੀ ਰਹੇ, ਮੇਰੀ ਮੱਤ ਸਦਾ ਤੇਰੀ ਕੀਰਤੀ ਕਰਦੀ ਰਹੇ, ਮੇਰੀ ਮੱਤ ਇਹੋ ਜਿਹੀ ਨਾ ਬਣਾਈ ਤੇਰੀ ਕੀਰਤੀ ਤੋਂ ਟੁੱਟ ਜਾਏ। ਚੌਥੀ ਗੱਲ ਬੜੀ ਪਿਆਰੀ, ਭਗਤ ਰੂ ਜੀ ਨੇ ਮੰਗੀ, ਬੋਲਣਾ ਜਾਇਓ ਫਿਰ ਮੈਂ ਪਹਿਲੀ ਤੋਂ ਬੋਲਦਾ, ਮੇਰੇ ਹਿਰਦੇ ਚ ਭਗਤੀ ਭਾਵਨਾ ਕਦੀ ਅਧੂਰੀ ਨਾ ਹੋਵੇ, ਪੂਰੀ ਰੱਖਿਆ ਕਰੋ, ਬਾਣੀ ਪੜ੍ਹੋ, ਅਰਦਾਸਾਂ ਕਰੋ, ਬੇਨਤੀ ਕਰੋ। ਬਾਈ ਚਾਂਸ ਜ਼ੋਰ ਲਾਉਣ ਦੇ ਬਾਵਜੂਦ ਉਹਦੇ ਚੋਂ ਮੁੱਖ ਚੋਂ ਦੂਜੇ ਲਫਜ਼ ਨਹੀਂ ਨਿਕਲਦੇ, ਇਹਦੇ ਚ ਭਲਾ ਨਹੀਂ ਹੋਇਆ, ਉਹਨੇ ਬਾਹਰ ਜਾ ਕੇ ਵਿਗੜਨਾ ਹੋਣਾ, ਉਹਨੇ ਬਾਹਰ ਜਾ ਕੇ ਕੇਸ ਕਟਾਣੇ ਹੋਣੇ, ਉਹਨੇ ਬਾਹਰ ਜਾ ਕੇ ਗਲਤ ਸੰਗ ਹੋਣਾ, ਤੂੰ ਤਾਂ ਹੀ ਨਹੀਂ ਭੇਜ ਰਹੀ। ਸਮਰਪਿਤ ਹੋ, ਸਮਰਪਿਤ ਕੋਈ ਵੀ ਕੰਮ ਮੇਰਾ ਵੀਜੇ ਦਾ, ਬੇਨਤੀ ਕਰੋ, ਪੂਰੀ ਹੋ ਗਈ ਤੇਰਾ ਸ਼ੁਕਰ, ਕਿਸੇ ਕਾਰਨ ਜ਼ੋਰ ਲਾ ਕੇ ਵੀ ਨਹੀਂ, ਇਹਦੇ ਚ ਆਪ ਜੀ ਦੀ ਮੇਰੇ ਤੇ ਨਜ਼ਰ ਹੋਏਗੀ। ਆਖੋ ਸਾਹਿਬ ਦੂਜੀ, ਚਰਨ ਕਮਲਾਂ ਚ ਵੰਦਨਾ ਨਿਤ ਕਰਦਾ ਰਹਾ, ਤੀਜਾ ਮੇਰੀ ਮੱਤ ਸਦਾ ਤੇਰੀ ਕੀਰਤੀ ਕਰਦੀ ਰਹੀ, ਚੌਥੀ ਬੜੀ ਕਮਾਲ ਦੀ ਹੈ ਜੀ। ਭਗਤ ਰੂ ਜੀ ਕਹਿੰਦੇ ਪਰਮੇਸ਼ਰ ਚੌਥੀ ਦਾਤ ਹੈ ਦੇ ਦਿਓ, ਐਸੇ ਸੰਤਾਂ ਦਾ ਸਤਸੰਗ ਬਖਸ਼ੀ ਰੱਖਣਾ ਜਿਨ੍ਹਾਂ ਦੇ ਸਤਸੰਗ ਨਾਲ ਉਤਸ਼ਾਹ ਨਾਲ ਤੇਰੇ ਗੁਣ ਗਾਉਂਦਾ ਹੀ ਰਹੇ। ਭਗਤ ਰੂ ਨੇ ਵੀ ਸੰਗਤ ਮੰਗੀ ਜੀ, ਕੋਈ ਉੱਠੇ ਨਾ ਜੀ 2 ਮਿੰਟ, ਕਿਉਂਕਿ ਹੁਣ ਰੱਬ ਨੇ ਅੱਗੋਂ ਜਵਾਬ ਦੇਣਾ, ਹੁਣ ਨਿਚੋੜ ਹੈ, ਨਿਚੋੜ। ਚੌਥੀ ਦਾਤ ਮੈਂ ਫਿਰ ਬੋਲਦਿਆਂ, ਮੰਗਿਆ ਕਰੋ, ਐਸੇ ਸੰਤਾਂ ਦਾ ਸਤਸੰਗ ਦਿਓ ਜਿਹਨਾਂ ਨੂੰ ਮਿਲ ਕੇ ਉਤਸ਼ਾਹ, ਜਿਹੜੇ ਮੇਰੇ ਅੰਦਰ ਉਤਸ਼ਾਹ ਪੈਦਾ ਕਰਦੇ ਨੇ, ਉਤਸ਼ਾਹ ਨਾਲ ਤੇਰੇ ਗੁਣ ਗਾਵਾਂ, ਇਹੋ ਜਿਹੇ ਸੰਤਾਂ ਦਾ ਸਤਸੰਗ ਝੋਲੀ।
ਉਹ ਪ੍ਰਸੰਨ ਹੋ ਗਏ। ਉਹ ਬੜੀ ਗੱਲ ਬੜੀ ਵੱਡੀ ਕਹੀ ਜੀ, ਜਿਹੜਾ ਸੁਣਿਓ ਤੇ ਫਿਰ ਸਮਾਪਤੀ ਹੈ। ਪਰਮੇਸ਼ਰ ਦੇ ਮੁਖ ਚੋਂ ਧਰੂ ਜੀ ਦੇ ਸਾਹਮਣੇ ਆ ਲਫ਼ਜ਼ ਨਿਕਲੇ, ਕਹਿੰਦੇ ਬਾਲਕ ਧਰੂ ਤੇਰੇ ਤੇ ਪੂਰੀ ਪ੍ਰਸੰਨਤਾ, ਤੇਰੇ ਤੇ ਪੂਰੀ ਪ੍ਰਸੰਨਤਾ। ਉਹ ਕੀ ਉਹ ਸੁਣਿਓ, ਮੈਨੂੰ ਬੜਾ ਆਨੰਦ ਆਇਆ ਜੋ ਹੁਣ ਰੱਬ ਦੇਣ ਲੱਗਾ। ਵੇਖੋ ਪਰਮੇਸ਼ਰ ਕਹਿੰਦੇ ਧਰੂ ਬਾਲਕ ਧਰੂ, ਜਿੱਥੇ ਅੱਜ ਤੱਕ ਕੋਈ ਦੇਵਤਾ ਨਹੀਂ ਪਹੁੰਚ ਸਕਿਆ, ਜਾ ਮੇਰੀ ਖੁਸ਼ੀ ਹੈ ਤੂੰ ਉੱਥੇ ਪਹੁੰਚੇ। ਉਹ ਮੈਂ ਤੈਨੂੰ ਬਾਅਦ ਦੱਸਦਾ ਕਿੱਥੇ। ਜਿੱਥੇ ਅੱਜ ਤੱਕ ਕੋਈ ਦੇਵਤਾ ਨਹੀਂ ਪਹੁੰਚ ਸਕਿਆ, ਸਭ ਥੱਲੇ ਥੱਲੇ, ਤੂੰ ਉੱਥੇ ਪਹੁੰਚੇ। ਦੂਸਰਾ ਕੀ ਕਿਹਾ ਜੀ, ਤੈਨੂੰ ਸਭ ਤੋਂ ਉੱਚਾ ਪਰਮ ਪਦ ਪ੍ਰਾਪਤ ਹੋਏ, ਤੂੰ ਭਗਤੀ ਕੀ। ਚਾਰ ਤੀਜਾ ਕੀ ਕਿਹਾ, ਹੁਣ ਤੀਜਾ ਬੋਲਾਂਗਾ ਤੁਹਾਡੀ ਗੱਲ ਖੁੱਲ ਜਾਏਗੀ। ਪਹਿਲੀ ਵਾਰ ਪਰਮੇਸ਼ਰ ਧਰੂ ਜੀ ਨੂੰ ਕਹਿੰਦੇ, ਤੀਜੀ ਦਾਤ ਕਹਿੰਦੇ, ਬਾਲਕ ਧਰੂ ਤੂੰ ਉੱਥੇ ਪਹੁੰਚੇਗਾ, ਸੂਰਜ ਚੰਦਰਮਾ ਨੌ ਗ੍ਰਹਿ ਤੇ ਸਾਰੇ ਨਛੱਤਰ ਇਹ ਤੇਰੀ ਪਰਿਕਰਮਾ ਕਰਨੇ। ਆਖੋ ਮੈਨੂੰ ਵੀ ਛੋਟੇ ਮੈਨੂੰ ਵੀ ਛੋਟੇ ਹੁੰਦੇ ਆ ਨਾ, ਬੜੀ ਗਰੀਬੀ ਚ ਰਹੇ ਹਾਂ, ਕੋਠੇ ਤੇ ਸੋਈ ਦਾ ਮਾਣ ਵਾਲੇ ਮੰਜੇ ਤੇ, ਸਾਨੂੰ ਵੀ ਸਾਡੀ ਅਸੀਂ ਛੋਟੇ ਹੁੰਦੇ ਹਾਂ ਤੇ ਦਾਸ ਦੀ ਮਾਤਾ ਨੇ ਸੂਰਜ ਚੰਦਰਮਾ ਨੌ ਗ੍ਰਹਿ ਸਾਰੇ ਨਛੱਤਰ ਇਹ ਤੇਰੀ ਪਰਿਕਰਮਾ ਕਰਨਗੇ, ਤੂੰ ਟਲ ਚਮਕ ਦੇਗਾ। ਆਖੋ ਸਤਨਾਮ। ਇਹ ਸਾਰੇ ਤੇਰੀ ਪਰਿਕਰਮਾ ਕਰਨਗੇ। ਹੁਣ ਗੱਲ ਬੜੀ ਸੁਣਨ ਵਾਲੀ ਜੀ, ਪਰ ਹੁਣ ਪਰ ਲਫ਼ਜ਼ ਆ ਗਿਆ ਜੀ, ਇਹ ਦੇ ਕੇ ਨਾ, ਪਰ ਜਿੱਥੇ ਕੋਈ ਦੇਵਤਾ ਨਹੀਂ ਪਹੁੰਚਿਆ ਤੂੰ ਉੱਥੇ ਪਹੁੰਚੇਗਾ, ਤੈਨੂੰ ਸਭ ਤੋਂ ਉੱਚਾ ਪਰਮ ਪਦ ਮਿਲੇਗਾ, ਸੂਰਜ ਚੰਦਰਮਾ ਨੌ ਗ੍ਰਹਿ ਸਾਰੇ ਨਛੱਤਰ ਤੇਰੀ ਪਰਿਕਰਮਾ ਕਰਨਗੇ, ਪਰ ਤੂੰ ਜਦੋਂ ਭਗਤੀ ਕੀਤੀ ਹੈ ਨਾ, ਆ ਧਾਰ ਕੇ ਕੀਤੀ ਹੈ, ਪਿਤਾ ਦਾ ਰਾਜ ਮਿਲੇ। ਆਖੋ ਸਾਥ, ਪਹਿਲੇ ਤੂੰ ਰਾਜ, ਇਹ ਜਿਹੜੀਆਂ ਚੀਜ਼ਾਂ ਕਹੀਆਂ ਸਤਯੁਗ ਚ ਉਮਰਾਂ ਲੰਬੀਆਂ ਹੋਈਆਂ ਸੀ, ਤੁਹਾਨੂੰ ਪਤਾ ਹੀ, ਹੁਣ ਕਲਯੁਗ ਚ 100 ਦੇ ਥੱਲੇ ਥੱਲੇ, ਉਦੋਂ ਹਜ਼ਾਰਾਂ ਸੀ। ਪਰਮੇਸ਼ਰ ਕਹਿੰਦੇ ਪਹਿਲੇ ਤੂੰ ਹਜ਼ਾਰਾਂ ਸਾਲ ਉਹ ਰਾਜ ਚਲਾਏਗਾ ਪਿਤਾ ਦਾ, ਜਿਹਦੇ ਕਰਕੇ ਤੂੰ ਭਗਤੀ ਕੀਤੀ, ਉਸ ਤੋਂ ਬਾਅਦ ਆ ਜੋ ਕੁਝ ਤੈਨੂੰ ਬੋਲਿਆ ਇਹ ਸਾਰਾ ਕੁਝ ਤੇਰੀ ਝੋਲੀ ਚ ਪਏ। ਇੱਕ ਡੇਢ ਮਿੰਟ ਸਾਥ ਦੇਣਾ ਜੀ, ਜਰਾ ਮੇਰਾ ਦਿਲ ਕਰਦਾ ਇਹ ਬੈਟਰੀਆਂ ਚਾਰਜ ਕਰਿਓ। ਪਿਛਲੀ ਵਾਰੀ ਤੁਸੀਂ ਪੜਿਆ ਸੀ ਭੁੱਲ ਨਾ ਗਏ ਹੋ, ਮਨ ਨੂੰ ਸੁਣਾਓ ਰੱਜ ਰੱਜ ਕੇ। ਸਾਰੇ ਸੁੱਖ ਮਿਲਦੇ ਨੇ ਪੱਲਾ ਨਾਮ ਦਾ ਘੁੱਟ ਕੇ ਫੜ ਲੈ, ਰਾਜ ਵੀ ਮਿਲੇਗਾ, ਟਲ ਪਦਵੀ ਵੀ ਮਿਲੇਗੀ, ਸੁੱਖ ਸਾਰੇ ਮਿਲਦੇ ਨਾਮ ਦਾ ਘੁੱਟ ਕੇ ਫੜ ਲੈ। ਭੈਣਾ ਬੋਲੋ, ਮੇਰਾ ਦਿਲ ਕਰਦਾ ਘੁੱਟ ਕੇ ਤੇ ਇੱਕ ਦੋ ਮਿੰਟ ਲਾਵਾਂ ਗੁਰੂ ਨੂੰ ਆਵੇ, ਘੁੱਟ ਕੇ ਫੜਿਆ ਕਰੋ ਪੱਲਾ ਨਾਮ ਦਾ। ਆਖੋ ਸਾਧਨ। ਹਾਂ, ਕਈ ਬੱਚੀਆਂ ਦਾ ਇੱਕੀ ਇੱਕੀ ਪਾਠ ਜਪਜੀ ਸਭ ਨੇਮ ਹੈ, ਤੇਰਾਂ ਤੇਰਾਂ ਪਾਠ ਨੇਮ ਹੈ, ਛੱਬੀ ਛੱਬੀ ਜਪਜੀ ਸਾਹਿਬ ਦਾ ਪਾਠ ਨਿਤ ਨੇਮ ਹੈ, ਵੱਖਰਾ ਪੰਜਾਂ ਬਾਣੀਆਂ ਤੋਂ ਉਹ ਛੱਬੀ ਛੱਬੀ ਪਾਠ
ਇੱਕ ਪਾਠ ਰਹਿ ਜਾਂਦਾ ਬੱਚੀ ਇਹ ਕੀ ਗੱਲ ਮੈਂ ਜੀ ਹੁਣ ਫਲਾਣਾ ਕੋਰਸ ਲੈ ਲਿਆ ਉਹਦਾ ਸਿਲੇਬਸ ਇੰਨਾ ਜ਼ਿਆਦਾ ਬਈ ਹੁਣ ਮੇਰੇ ਕੋਲੋਂ ਪਾਠ ਨਹੀਂ ਹੁੰਦੇ ਉਹ ਬੱਚੀਏ ਉਹ ਸਿਲੇਬਸ ਲੈਣਾ ਵੀ ਕੋਰਸ ਲੈਣਾ ਵੀ ਚੰਗੀ ਗੱਲ ਹੈ ਪਰ ਇੱਕ ਗੱਲ ਯਾਦ ਰੱਖੀ ਜੇ ਤੂੰ ਨਾਮ ਦਾ ਪੱਲਾ ਘੁੱਟ ਕੇ ਫੜਿਆ ਹੁੰਦਾ ਜਪਜੀ ਸਾਹਿਬ ਵੀ ਨਹੀਂ ਸੀ ਛੱਡਣੀ ਤੇ ਕੋਰਸ ਵੀ ਕਰਨਾ ਜੇ ਸੁਖ ਦੇ ਤਾਂ ਤੁਝੇ ਅਰਾਦੀ ਵਾਹਿਗੁਰੂ ਜੇ ਸੁਖ ਦੇ ਜੇ ਸੁਖ ਦੇ ਤਾਂ ਤੁਝੇ ਅਰਾਦੀ ਦੁੱਖ ਵੀ ਤੁਝੇ ਤੇ ਆਈ ਸੁਖ ਸਾਰੇ ਮਿਲਦੇ ਨੇ ਪੱਲਾ ਨਾਮ ਦਾ ਘੁੱਟ ਕੇ ਫੜ ਲੈ ਦਾਸ ਨੇ ਇਸ਼ਾਰਾ ਹੀ ਦਿੱਤਾ ਨੌਕਰੀ ਲੱਗ ਗਈ ਨੇਮ ਰਹਿ ਗਿਆ ਕਾਹਦਾ ਪੱਲਾ ਘੁੱਟ ਕੇ ਫੜਿਆ ਕਾਰੋਬਾਰ ਹੋਰ ਵਧਾ ਲਿਆ ਤੇ ਨੇਮ ਘੱਟ ਗਿਆ ਕਾਹਦਾ ਪੱਲਾ ਘੁੱਟ ਕੇ ਫੜਿਆ ਨਾ ਫਲਾਣਾ ਟਾਈਮ ਮੰਗਿਆ ਨਹੀਂ ਮਿਲਿਆ ਆ ਇੱਕ ਵੀਰਵਾਰ ਇਸੇ ਕਰਕੇ ਰੱਖਿਆ ਜੇ ਅਸੀਂ ਨਹੀਂ ਲਾਵਾਂ ਤੇ ਪਹੁੰਚ ਸਕੇ ਤੇ ਲਾਵਾਂ ਤੋਂ ਬਾਅਦ ਜੋੜੀ ਨੂੰ ਤੁਸੀਂ ਸੰਗਤ ਦੇ ਚਰਨਾਂ 'ਚ ਲੈ ਆਓ ਇੱਥੇ ਸਾਰੇ ਤਾਂ ਹੀ ਰੱਖਿਆ ਦਿਨ ਬਈ ਕੋਈ ਕਾਰਜ ਹੈ ਬੱਚਾ ਜੰਮਿਆ ਕੁਛ ਹੈ ਕਿਵੇਂ ਹੈ ਕਿੰਨੀ ਕੁ ਜਗ੍ਹਾ ਕੋਈ ਜਾਊ ਚਲੋ ਸਮਝ ਗਏ ਇਸ਼ਾਰਾ ਤੁਸੀਂ ਆਖੋ ਸਤਨਾਮ ਪੱਲਾ ਘੁੱਟ ਕੇ ਫੜਿਆ ਕਰੋ ਨਾਮ ਸੰਗਤ ਨਹੀਂ ਛੱਡੀ ਸੁਣਿਓ ਜੀ ਪਰਮੇਸ਼ਰ ਕਹਿੰਦੇ ਹੁਣ ਤੈਨੂੰ ਇਸ ਬੰਨ ਵਿੱਚੋਂ ਤੇਰਾ ਪਿਤਾ ਸਤਿਕਾਰ ਨਾਲ ਲੈ ਕੇ ਜਾਏ ਤੇ ਤੇਰਾ ਪਿਤਾ ਲਿਜਾਉਣ ਤੋਂ ਬਾਅਦ ਸਾਰਾ ਰਾਜ ਤੇਰੀ ਝੋਲੀ ਚ ਪਾਏ ਆਪ ਬਨਾਂ ਨੂੰ ਚਲਾ ਜਾਏਗਾ ਇਹ ਪਰਮੇਸ਼ਰ ਕਹਿੰਦੇ ਫਿਰ ਨਾਰਦ ਮੁਨੀ ਨੇ ਦਰਸ਼ਨ ਦਿੱਤੇ ਪਿਤਾ ਨੂੰ ਆਖਿਆ ਤੇਰੇ ਪੁੱਤਰ ਦੀ ਭਗਤੀ ਪੂਰੀ ਹੋ ਗਈ ਆਖੋ ਸਾਧਨਾ ਉਹ ਪੂਰਾ ਗੱਜ ਵੱਜ ਕੇ ਲਸ਼ਕਰ ਲੈ ਕੇ ਭਗਤ ਧਰੂ ਜੀ ਨੂੰ ਪਾਲਕੀ ਚ ਬਿਠਾ ਕੇ ਖੜਿਆ ਕਹਿੰਦੇ ਜਦੋਂ ਖੜਿਆ ਸਾਰੇ ਸ਼ਹਿਰ ਚ ਜਗਮਗ ਹੋਈ ਸਾਰੇ ਸ਼ਹਿਰ ਔਰ ਦੂਜੇ ਲਫ਼ਜ਼ ਲਿਖੇ ਹੈ ਧਰੂ ਜੀ ਜਦੋਂ ਆਪਣੇ ਸ਼ਹਿਰ ਪਹੁੰਚੇ ਤੇ ਪੂਰਾ ਉਤਸਵ ਮਨਾਇਆ ਗਿਆ ਤੀਜੇ ਲਫ਼ਜ਼ ਲਿਖੇ ਹੈ ਸੁਣਿਓ ਸੋਨੇ ਦੀਆਂ ਥਾਲੀਆਂ ਚ ਦੀਵੇ ਜਗਾਏ ਗਏ ਆਖੋ ਸਤਿਨਾਮ ਪੂਰੀ ਖੁਸ਼ੀ ਉਹ ਫਿਰ ਰਾਜ ਭਾਗ ਦੇ ਕੇ ਪਿਤਾ ਬਨਾਂ ਨੂੰ ਚਲੇ ਗਏ ਜਿਨ੍ਹਾਂ ਦਾ ਵੈਰ ਸੀ ਉੱਤਮ ਉਹਦੀ ਮਾਤਾ ਭਗਤ ਧਰੂ ਦੀ ਜੋ ਅਸਲੀ ਮਾਤਾ ਦੂਜੀ ਮਾਤਾ ਜਿਹੜੀ ਉਹ ਵੀ ਚਰਨਾਂ 'ਤੇ ਡਿੱਗੇ ਹੋਏ ਆਖੋ ਸਤਨਾਮ ਇਹ ਜਿੰਨੀਆਂ ਸੰਗਤਾਂ ਇੱਕ ਭਗਤੀ ਨਾਮ ਦਾ ਲੜ ਫੜਿਆ ਈਰਖਾ ਕਰਨ ਵਾਲੇ ਵੀ ਚਰਨਾਂ 'ਤੇ ਢਹਿ ਪਏ ਇੱਕ ਭਗਤੀ ਨਾਮ ਦਾ ਲੜ ਧਰੂ ਜੀ ਨੇ ਫੜਿਆ ਰਾਜ ਵੀ ਮਿਲ ਗਏ ਇੱਕ ਭਗਤੀ ਨਾਮ ਦਾ ਲੜ ਫੜਿਆ ਤੇ ਕਹਿੰਦੇ ਅਟਲ ਰਾਜ ਵੀ ਦਿੱਤਾ ਜਿੱਥੇ ਕੋਈ ਦੇਵ ਨਹੀਂ ਪਹੁੰਚਿਆ ਤੂੰ ਉੱਥੇ ਚਮਕੇਗਾ ਰਹਿੰਦੀ ਦੁਨੀਆ ਤੱਕ ਆਖੋ ਸਤਨਾਮ ਸਭ ਤੋਂ ਵੱਡੀ ਗੱਲ ਗੁਰੂ ਗ੍ਰੰਥ ਸਾਹਿਬ ਵਿੱਚ ਕਿਸੇ ਸ਼ਾਹੂਕਾਰ ਨੂੰ ਜਗ੍ਹਾ ਨਹੀਂ ਮਿਲੀ ਅਰਬਾਂ ਪਤੀ ਨੂੰ ਜਗ੍ਹਾ ਨਹੀਂ ਮਿਲੀ ਖਰਬਾਂ ਪਤੀ ਨੂੰ ਜਗ੍ਹਾ ਨਹੀਂ ਮਿਲੀ ਰਾਜੇ ਮਹਾਰਾਜੇ ਕਿਸੇ ਨੂੰ ਜਗ੍ਹਾ ਨਹੀਂ ਪਰ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਮੇਰੇ ਦਾਦੇ ਨੇ ਭਗਤ ਧਰੂ ਜੀ ਨੂੰ ਜਗ੍ਹਾ ਦਿੱਤੀ ਹੋਈ ਉਹਨਾਂ ਦੇ ਨਾਂ ਦਰਜ ਨੇ ਆਓ ਛੋਟੀ ਉਮਰੇ ਪੁੱਗੀਆਂ ਰੂਹਾਂ ਇਹ ਅੱਜ ਚੌਥਾ ਭਾਗ ਬਾਬਾ ਜੀ ਮਿਹਰ ਕਰਨ ਹੁਣ ਅਗਲੀ ਵਾਰੀ ਜਿਵੇਂ ਗੁਰੂ ਕਰਾਏਗਾ ਆਓ ਜੀ ਕਿਰਪਾ ਕਰਿਓ ਜੀ ਰਾਮ ਜਪੋ ਜੀ ਐਸੇ ਨਾਮ ਜਪੋ ਰਾਮ ਜਪੋ ਜੀ ਐਸੇ ਨਾਮ ਜਪੋ ਬੋਲੇ ਸੋਮਿਆ
ਦੀਪ ਸਿੰਘ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਭਾਈ ਸਾਹਿਬ ਭਾਈ ਗੁਰੂ ਇਕਬਾਲ ਸਿੰਘ ਜੀ, ਭਾਈ ਹਰਵਿੰਦਰਪਾਲ ਸਿੰਘ ਜੀ ਲਿਟਲ ਅਤੇ ਬੀਬੀ ਕੌਲਾਂ ਜੀ ਚੈਰੀਟੇਬਲ ਹਸਪਤਾਲ ਵੱਲੋਂ 14ਵਾਂ ਜੀ ਦਇਆ ਪ੍ਰਵਾਨ ਸਮਾਗਮ ਮਿਤੀ 1 ਦਸੰਬਰ 2018 ਦਿਨ ਸ਼ਨੀਵਾਰ ਨੂੰ ਸ਼ਾਮ 4 ਵਜੇ ਤੋਂ ਰਾਤ 12 ਵਜੇ ਤੱਕ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਸੰਤ ਮਹਾਂਪੁਰਸ਼ ਪੰਥ ਪ੍ਰਸਿੱਧ ਕੀਰਤਨੀਏ ਸੰਗਤਾਂ ਨੂੰ ਗੁਰਸ਼ਬਦ ਨਾਲ ਜੋੜਨਗੇ। ਭਾਈ ਸਾਹਿਬ ਭਾਈ ਗੁਰੂ ਇਕਬਾਲ ਸਿੰਘ ਜੀ ਅਤੇ ਭਾਈ ਹਰਵਿੰਦਰਪਾਲ ਸਿੰਘ ਜੀ ਲਿਟਲ ਵੱਲੋਂ ਆਪ ਸਭ ਸੰਗਤਾਂ ਨੂੰ ਪਰਿਵਾਰਾਂ ਸਮੇਤ ਦਰਸ਼ਨ ਦੇਣ ਦੀ ਬੇਨਤੀ ਕੀਤੀ ਜਾਂਦੀ ਹੈ।